ਓ ਬਾਬਿਆ ਮੈਂ ਸੇਵਾ ਕਰਾਂ ਬੰਦਿਆਂ ਦੀ, ਬਰਤਨ ਧੋਦਿਆਂ ਝਾੜੂ ਪੋਚਾ ਲਾ ਦਿਆਂ। ਮਾਲਕਾ ਮੈਂ ਸੇਵਾ ਕਰਾਂ ਬੰਦਿਆਂ ਦੀ। ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ। ਇਬਾਦਤ ਕਰ, ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ। ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ ਬਣਦੀ ਏ। ਪਾਕਿਸਤਾਨ ਦੇ ਵਿੱਚ ਗਾਇਕੀ ਨੂੰ ਲੈ ਕੇ ਬੜਾ ਟੈਲੈਂਟ ਹੈ। ਅਸੀਂ ਅਕਸਰ ਦੇਖਿਆ ਕਿ ਜੋ ਗਾਇਕ ਪਾਕਿਸਤਾਨ ਨੇ ਦਿੱਤੇ ਨੇ ਉਹ ਦੁਨੀਆ 'ਚ ਸ਼ਾਇਦ ਕਿਸੇ ਹੋਰ ਮੁਲਕ ਨੇ ਨਹੀਂ ਦਿੱਤੇ। ਨੁਸਰਤ ਫਤਿਹ ਅਲੀ ਖਾਨ ਸਾਹਿਬ, ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਬੜਾ ਵੱਡਾ ਨਾਂ ਹੈ, ਬਹੁਤ ਚੱਲਦੇ ਨੇ, ਔਰ ਬੜੇ ਅਤਾਉੱਲਾ ਖਾਂ, ਬਹੁਤ ਸਾਰੇ ਐਸੇ ਨਾਂ ਨੇ ਜਿਨ੍ਹਾਂ ਨੂੰ, ਰੇਸ਼ਮਾ ਇੱਕ ਐਸਾ ਨਾਮ ਮੇਰੇ ਯਾਦ ਆ ਰਿਹਾ ਕਿ ਵੱਡੇ ਜਿਹੜੇ ਨੂਰ ਜਹਾਂ ਇੰਡੀਆ 'ਚ ਜਿਨ੍ਹਾਂ ਨੂੰ ਅਸੀਂ ਬਹੁਤ ਸੁਣਦੇ ਹਾਂ। ਅਸੀਂ ਗਲੀਆਂ 'ਚ ਨਿਕਲੇ ਤਾਂ ਗਲੀਆਂ 'ਚ ਦੇਖਿਆ ਕਿ ਪਾਕਿਸਤਾਨ ਦੇ ਕੈਸਾ ਟੈਲੈਂਟ ਹੈ। ਦੋ ਸ਼ਖਸ ਸਾਨੂੰ ਇਹ ਮਿਲੇ ਨੇ ਜਿਨ੍ਹਾਂ ਦੀ ਗਾਇਕੀ ਤੁਸੀਂ ਸੁਣੋਗੇ ਤਾਂ ਦੰਗ ਰਹਿ ਜਾਓਗੇ ਕਿ ਗਲੀਆਂ ਦੇ ਵਿੱਚ ਐਸਾ ਟੈਲੈਂਟ ਪਾਕਿਸਤਾਨ ਦੇ ਵਿੱਚ। ਛੋਟੇ ਛੋਟੇ ਬੱਚੇ ਜਿੱਥੇ ਮਹਿਫਲਾਂ ਸੁਣਦੇ ਨੇ ਉੱਥੇ ਮਹਿਫਲ ਅਸੀਂ ਅੱਜ ਗਲੀ 'ਚ ਲਾਉਣ ਲੱਗੇ ਹਾਂ, ਤਾਂ ਆਓ ਤੁਹਾਨੂੰ ਇਸੇ ਮਹਿਫਲ ਦਾ ਇੱਕ ਨਜ਼ਾਰਾ ਦਿਖਾਉਂਦੇ ਹਾਂ। ਪਿਛਲੀ ਉਮਰੇ ਬੜਾ ਪਾਇਆ ਆ ਤੇ ਜਾਗ ਪਈਆਂ ਨੇ ਪੀੜਾਂ, ਹੁਣ ਕਿਸੇ ਕੰਮ ਨਹੀਂ ਓ ਮੁਹੰਮਦ ਬਖਸ਼ਾ, ਸੌਂਫ ਜਵੈਣ ਹਰੀੜਾਂ ਤੇ ਕਰ ਕਰ ਬਦੀਆਂ, ਕਰ ਕਰ ਬਦੀਆਂ ਬੁੱਢਾ ਹੋਇਓ ਟੁੱਟ ਗਿਆ ਲੱਕ ਤੇਰਾ, ਓਏ ਅਜੇ ਵੀ ਬਦੀਓ ਬਾਜ਼ ਨਹੀਂ ਆਇਓ ਜੀਓ ਮਰਦ ਦਲੇਰਾ। ਚਲੋ ਮੈਨੂੰ ਵੀ ਦੋ ਭਾਈ, ਮੈਨੂੰ ਜੱਫੀ ਪਾਓ ਤੁਸੀਂ ਇੱਕ ਵਾਰੀ। ਕਿਆ ਬਾਤ ਹੈ, ਕਿਆ ਬਾਤ ਹੈ, ਮਜ਼ਾ ਆ ਗਿਆ ਸੁਣ ਕੇ, ਸੁਣਾ ਦਿਓ। ਇਹਨਾਂ ਦੇ ਇੱਕ ਹੋਰ ਸੁਣ ਲਈਏ ਪਹਿਲਾਂ। ਓ ਬਾਬਿਆ ਮੈਂ ਸੇਵਾ ਕਰਾਂ ਬੰਦਿਆਂ ਦੀ, ਬਰਤਨ ਧੋਦਿਆਂ ਝਾੜੂ ਪੋਚਾ ਲਾ ਦਿਆਂ। ਮਾਲਕਾ ਮੈਂ ਸੇਵਾ ਕਰਾਂ ਬੰਦਿਆਂ ਦੀ। ਉਹ ਕੁਛ ਕਹਿ ਰਹੇ ਹੈ ਮੁਹੰਮਦ ਬਖਸ਼, ਬਾਬਾ ਮੁਹੰਮਦ ਬਖਸ਼ ਦਾ ਕੋਈ ਸੁਣਾਓ। ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ, ਹਾਂਜੀ ਸੁਣਾਓ। ਮਾਰੇ ਪਾਕਿਸਤਾਨ ਕੇ ਮੀਆਂ ਸਾਹਿਬ ਫਰਮਾਉਂਦੇ ਨੇ, ਮੁਰਸ਼ਦ ਦਾ ਦਰ ਛੱਡਣਾ ਦੇਵੀ, ਨਹੀਂ ਤੇ ਹੋ ਜਾਏਗਾ ਤੂੰ ਰੋਗੀ। ਜਿਹੜੀ ਬੱਕਰੀ ਜਿਹੜੋਂ ਨਿਕਲੇ ਉਹ ਬਗਿਆੜਾ ਜੋਗੀ, ਬਾਪ ਮਰੇ, ਬਾਪ ਮਰੇ ਸਿਰ ਨੰਗਾ ਹੋਵੇ ਤਵੀਰ ਮਰਨ ਕੰਡ ਖਾਲੀ, ਉਹ ਮਾਵਾਂ ਬਾਜੋ ਮੁਹੰਮਦ ਬਖਸ਼ਾ ਕੌਣ ਕਰੇ ਰੱਖ ਵਾਲੀ, ਮਾਂ ਮਰੇ ਤੇ ਮਾਪੇ
ਮੁੱਕਦੇ ਪਿਓ ਮਰੇ ਕਰ ਵੇਲਾ ਛਾਲ ਨਾ ਮਰਨ ਵੀਰ ਕਿਸੇ ਦੇ ਨਹੀਂ ਤੇ ਉਜੜ ਜਾਂਦਾ ਜੇ ਮੇਲਾ ਤੇ ਲੈ ਓ ਯਾਰ ਅਸਾਂ ਤੋੜ ਨਿਭਾਈ ਤੇ ਮਿਲ ਲੈ ਇੱਕ ਵਾਰੀ ਇਸ ਮਿਲਣੇ ਨੂੰ ਤੂੰ ਯਾਦ ਕਰੇ ਸੇ ਤੇ ਰੋਸੇ ਉਮਰਾਂ ਸਾਰੀ ਤੇ ਜਦੋਂ ਬੰਦਾ ਮਰਿਆ ਹੁੰਦਾ ਮੀਆਂ ਸਾਹਿਬ ਨੂੰ ਮਰੇ ਮੀਆਂ ਸਾਹਿਬ ਦਾ ਸਵਾਲ ਮਰੇ ਨੂੰ ਉਹ ਜਿੰਨਾ ਲਈ ਤੂੰ ਪਾਪ ਕਮਾਏ ਕਿਤੇ ਨਹੀਂ ਉਹ ਕਰਦੇ ਜਦੋਂ ਬੰਦਾ ਮਰ ਜਾਂਦਾ ਟਾਈਮ ਹੋ ਗਿਆ ਯਾਰ ਛੇਤੀ ਕਰੋ ਜਿੰਨਾ ਲਈ ਤੂੰ ਪਾਪ ਕਮਾਏ ਕਿਤੇ ਨਹੀਂ ਉਹ ਕਰਦੇ ਪੈਰ ਪਸਾ ਕੇ ਖਲੋਤੇ ਵਿੱਚ ਵੇੜੇ ਤੇ ਕੱਢੋ ਕੱਢੋ ਕਰਦੇ ਤੇ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲ ਨੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਉਹ ਜਿਸ ਦਿਨ ਫੇਰ ਮਿਲਾਂਗੇ ਤੇ ਇਹ ਵੱਲ ਤੁਮੇ ਦੀ ਕੌੜੀ ਹੁੰਦੀ ਤੇ ਸਣੇ ਪੱਤਰਾਂ ਸਣੇ ਬੀਆਂ ਉਹ ਜੋ ਕਮਾਵਣ ਅਮਲ ਮਾਵਾਂ ਓਈ ਓ ਕਮਾਵਣ ਧੀਆਂ ਤੇ ਸਈਆਂ ਨਾਲ ਮੈਂ ਖੇਡਣ ਗਈਆਂ ਤੇ ਭੱਜ ਗਈਆਂ ਨੇ ਵੰਗਾਂ ਓਏ ਅੱਜ ਮਾਂ ਹੁੰਦੀ ਤੇ ਹੋਰ ਚੜਾਉਂਦੀ ਪਿਓ ਕੋ ਮੰਗਦੀ ਸੰਗਾਂ ਤੇ ਜੀਨਾ ਇਸ਼ਕ ਨਮਾਜ਼ਾਂ ਪੜੀਆਂ ਉਹ ਕਦੀ ਵੀ ਨਹੀਂ ਉਹ ਮਰਦੇ ਸ਼ੱਕ ਹੋਵੇ ਤੇ ਵੇਖ ਲਿਆ ਕੇ ਕਬਰਾਂ ਤੇ ਦੀਵੇ ਬਲਦੇ ਤਾੜੀਆਂ ਮਾਰ ਦਿਓ ਯਾਰ ਤੁਸੀਂ ਐਂ ਕਰਦੇ ਹੋ ਕੀ ਬਾਤ ਹੈ ਕੀ ਬਾਤ ਹੈ ਇਹ ਮਹਿਫਲ ਪਾਕਿਸਤਾਨ ਦੀਆਂ ਗਲੀਆਂ ਦੇ ਵਿੱਚ ਡੇਲੀ ਪੋਸਟ ਨੇ ਲਾਈ ਹੈ ਕੈਮਰਾਮੈਨ ਜਗਰੂਪ ਸਿੰਘ ਨੂੰ ਕਹੂੰਗਾ ਕਿ ਇਕੱਲਾ ਇਕੱਲਾ ਜਿਹੜਾ ਚਿਹਰਾ ਹੈ ਉਹ ਦੱਸਣਾ ਚਾਹੀਦਾ ਹੈ ਕਿ ਕਿੰਝ ਪਿਆਰ ਮਿਲ ਰਿਹਾ ਸਾਨੂੰ ਇੱਥੇ ਆ ਕੇ ਕਿੰਝ ਪਾਕਿਸਤਾਨ ਦੀਆਂ ਗਲੀਆਂ 'ਚ ਮੁਹੱਬਤ ਮੁਹੱਬਤ ਜਿਹੜੀ ਬੈਠੋ ਆਪਾਂ ਬੈਠ ਕੇ ਗੱਲ ਕਰਦੇ ਹਾਂ ਜੀ ਇਹ ਮੁਹੱਬਤ ਮਿਲ ਰਹੀ ਹੈ ਔਰ ਇਹਨਾਂ ਗਲੀਆਂ ਦੇ ਵਿੱਚ ਇਹ ਪਿਆਰ ਮੁਹੱਬਤ ਹੀ ਹੈ ਬਜ਼ੁਰਗ ਇੱਧਰ ਵੀ ਸਾਡੇ ਨਾਲ ਬੈਠੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਤੁਸੀਂ ਕੁਝ ਸੁਣਾਉਣਾ ਚਾਹ ਰਹੇ ਹੋ ਜੀ ਮੈਂ ਵੀ ਮੁਹੰਮਦ ਬਖਸ਼ ਦੇ ਦੋੜੇ ਦੋਕ ਤਾਂ ਇਹ ਬੜੇ ਤੇਜ਼ ਨੇ ਨਿੱਕੇ ਜੇ ਬਾਲ ਹੈ ਜਿਹੜੇ ਜਿਹੜਾ ਪਾਕਿਸਤਾਨ ਦਾ ਹਾਂਜੀ ਸਰਦਾਰ ਜੀ ਬਾਜ ਹੀਰ ਵਾਰਿਸ ਆ ਜਰੂਰ ਸੁਣਾਇਓ ਇਹਨਾਂ ਲਈ ਜੀ ਮੀਆਂ ਮੁਹੰਮਦ ਬਖਸ਼ ਕਹਿੰਦਾ ਬਹੁਤ ਹੀ ਖੁਸ਼ੀ ਗਮ ਬਰਾਬਰ ਬਹੁਤ ਹੀ ਖੁਸ਼ੀ ਗਮ ਬਰਾਬਰ ਇਸ ਵਿੱਚ ਝੂਠ ਨਾ ਜਾਣ ਸੁੱਕ ਜਾਂਦੇ ਹੋ ਮੁਹੰਮਦ ਜਿਨ੍ਹਾਂ ਨੂੰ ਬਹੁਤ ਆਪਾਂ ਵਾਕਿਆ ਹੀ ਕਮਾਲ ਕਮਾਲ ਹੈ ਜੀ
ਲੱਕ ਮੇਰੇ ਵਿੱਚ ਪੀੜ ਹੋਵੇ ਤੇ ਲੋਕੀ ਕਹਿੰਦੇ ਚੁੱਕ, ਇਹ ਨਹੀਂ ਪਤਾ ਦੁਕਾਨ ਚੋਂ ਸੌਦਾ ਹੀ ਗਿਆ ਮੁੱਕ। ਤੇ ਸਾਰੀ ਜ਼ਿੰਦਗੀ ਆਟਾ ਗੁੰਦਿਆ ਤੇ ਲੱਕਾਂ ਕੀਤੇ ਪੇੜੇ, ਓਏ ਔਖੇ ਵੇਲੇ ਮੁਹੰਮਦ ਬਖਸ਼ਾ ਕੋਈ ਨਹੀਂ ਉਹ ਲੱਗਦਾ ਨੇੜੇ। ਤੁਹਾਡਾ ਨਾਂ ਦੱਸੋ ਪਹਿਲੇ। ਮੇਰਾ ਨਾਮ ਮੁਹੰਮਦ ਫੈਜ਼ਲ। ਮੁਹੰਮਦ ਫੈਜ਼ਲ, ਬਹੁਤ ਸੋਹਣਾ ਨਾਂ ਹੈ। ਬੇਫਕਰ ਦੇ ਹਾਲ ਨੂੰ ਛੇੜੀਏ ਨਾ, ਭਾਵੇਂ ਹਾਲ ਬੇਹਾਲ ਹੋਵੇ। ਬੇਫਕਰ ਦੇ ਹਾਲ ਛੇੜੀਏ ਭਾਵੇਂ ਹਾਲ ਤੂੰ ਉਹ ਬੇਹਾਲ ਹੋਵੇ। ਮਤ ਛੇੜੀਏ ਫਕੀਰ ਦੀ ਗੋਦੜੀ ਨੂੰ, ਸ਼ਾਇਦ ਗੋਦੜੀ ਦੇ ਵਿੱਚ ਲਾਲ ਹੋਵੇ, ਸ਼ਾਇਦ ਗੋਦੜੀ ਦੇ ਲਾਲ ਹੋਵੇ। ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ, ਇਬਾਦਤ ਕਰ, ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ, ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ। ਮੱਕੇ ਜਾ ਜਾ ਹੱਜ ਗੁਜ਼ਾਰੇ, ਹੋ ਮੱਕੇ ਜਾ ਜਾ ਹੱਜ ਗੁਜ਼ਾਰੇ, ਤੇ ਤੂੰ ਨਾਮ ਰੱਖਾ ਲਿਆ ਹਾਜੀ, ਫੜ ਤਲਵਾਰ ਦਿਲਾਵਰ ਬਣਿਓ, ਤੇ ਤੂੰ ਨਾਮ ਰੱਖਾ ਲਿਆ ਗਾਜ਼ੀ, ਪੜ ਪੜ ਇਲਮ ਕਿਤਾਬਾਂ ਸਭੇ, ਤੇ ਤੂੰ ਨਾਮ ਰੱਖਾ ਲਿਆ ਕਾਜ਼ੀ। ਪਰ ਅਜੇ ਤੂੰ ਬਲਿਆ ਉਹ ਕੁਝ ਨਹੀਂ ਉਹ ਬਣਿਆ, ਜੇ ਤੂੰ ਯਾਰ ਨਹੀਂ ਕੀਤਾ ਰਾਜ਼ੀ, ਜੇ ਤੂੰ ਬੁਲਿਆ ਕੁਝ ਨਹੀਂ ਉਹ ਬਣਿਆ, ਜੇ ਤੂੰ ਯਾਰ ਨਹੀਂ ਕੀਤਾ ਰਾਜ਼ੀ। ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ, ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ, ਜੱਗ ਭੈੜਾ ਐਵੇਂ ਸਾਨੂੰ ਗੱਲਾਂ, ਜੱਗ ਭੈਣ ਗੱਲਾਂ ਦੱਸਦਾ। ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ। ਕਮਾਲ, ਥੈਂਕ ਯੂ ਸੋ ਮੱਚ। ਔਰ ਇਹ ਪਿਆਰ ਸਤਿਕਾਰ ਪਾਕਿਸਤਾਨ ਦੇ ਵਿੱਚੋਂ ਮਿਲਿਆ। ਦੇਖੋ ਇੱਕ ਟੈਲੈਂਟ ਹਰ ਗਲੀ ਹਰ ਘਰ ਦੇ ਵਿੱਚ। ਦਾ ਯਾਰ ਦਾ ਯਾਰ ਰਾਤੀ ਜਾਂ ਫਿਰ ਜਾਗਦਾ ਚੋਰ ਸਨ ਉੱਤੇ, ਜਾਂ ਫਿਰ ਜਾਗਦਾ ਪਹਿਰੇਦਾਰ ਰਾਤੀ, ਵਾਰਸ ਸ਼ਾਮੀਆਂ ਸਾਰੇ ਸੌ ਜਾਂਦੇ, ਓ ਇੱਕੋ
ਜਾਗਦਾ ਪਰਵਰਦਿਗਾਰ ਰਾਤੀ ਹੋਂਠ ਸੁਰਖ ਯਕੂਤ ਜਿਵੇਂ ਲਾਲ ਚਮਕਣ ਤੇ ਟੋਡੀ ਸੇਬ ਵਲਾਇਤ ਅਨਾਜ ਵਿੱਚੋਂ ਦੰਦ ਚੰਬੇ ਦੇ ਹੰਸ ਮੋਤੀ ਤੇ ਦਾਣੇ ਨਿਕਲੇ ਸੇਬ ਹੁਸਨ ਅਨਾਰ ਵਿੱਚੋਂ। ਬਹੁਤ ਧੰਨਵਾਦ ਸਾਰਿਆਂ ਦਾ। ਸੋ ਇਹ ਟੈਲੈਂਟ ਗਾਇਕੀ ਦਾ ਪਾਕਿਸਤਾਨ ਦੀਆਂ ਗਲੀਆਂ ਤੋਂ ਤੁਹਾਡੇ ਤੱਕ ਲੈ ਕੇ ਆਏ ਹਾਂ। ਲਗਾਤਾਰ ਇਹ ਕਵਰੇਜ ਜਾਰੀ ਰਹੂਗੀ। ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ 'ਚ ਵੀ ਅਸੀਂ ਲਗਾਤਾਰ ਤੁਹਾਡੇ ਤੱਕ ਤਸਵੀਰਾਂ ਪੇਸ਼ ਕਰਦੇ ਰਹਾਂਗੇ ਔਰ ਪਾਕਿਸਤਾਨ 'ਚ ਜਿੱਥੇ ਜਿੱਥੇ ਸਾਨੂੰ ਇਜਾਜ਼ਤ ਹੈ ਉੱਥੇ ਉੱਥੇ ਜਾ ਕੇ ਵੀ ਜੋ ਜੋ ਸਾਨੂੰ ਅੱਛਾ ਲੱਗਿਆ ਤੁਹਾਡੇ ਤੱਕ ਪਹੁੰਚਣ ਵਾਲਾ ਹੋਣਾ ਚਾਹੀਦਾ ਉਹ ਜ਼ਰੂਰ ਲੈ ਕੇ ਆਵਾਂਗੇ। ਕੈਮਰਾ ਪਰਸਨ ਪ੍ਰਕਾਸ਼ ਜੱਸਾ ਅਤੇ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਨਨਕਾਣਾ ਸਾਹਿਬ।